ਕੋਈ ਗੱਲ ਕਹਿੰਦਾ ਸੀ ਉਹ ਤੇਰਾ ਫਰਜ਼ ਹੀ ਨਹੀਂ ਗੱਲ ਕਹਿਣਾ। ਧੰਨਵਾਦ ਤੂੰ ਜਿਹੜਾ ਸਾਡੇ ਸਿਰ ਮੇਰੇ ਸਿਰ ਸਿਹਰਾ ਬਣ ਕੇ ਗਿਆ ਤੇਰਾ ਧੰਨਵਾਦ। ਅਸੀਂ ਤੈਨੂੰ ਅਸੀਂ ਬੈਨ ਕਰ ਰਹੇ ਇੰਗਲੈਂਡ 'ਚੋਂ ਸਦਾ ਲਈ, ਜਿੰਨਾ ਚਿਰ ਇੰਗਲੈਂਡ ਕਬੱਡੀ ਫੈਡਰੇਸ਼ਨ ਦੇ ਬੈਨਰ ਤੇ ਟੂਰਨਾਮੈਂਟ ਹੁੰਦੇ ਆ ਤੈਨੂੰ ਅਸੀਂ ਬੋਲਣ ਨਹੀਂ ਦੇਵਾਂਗੇ। ਇਹ ਲਿਖ ਕੇ ਲੈ ਲਾ, ਇਹ ਮੈਂ ਤੈਨੂੰ ਮੀਡੀਆ ਰੇ ਕਹਿਤਾ ਕਿ ਤੈਨੂੰ ਅਸੀਂ ਬੈਨ ਕਰ ਰਹੇ ਹਾਂ ਸਾਰੀ ਇੰਗਲੈਂਡ ਕਬੱਡੀ ਫੈਡਰੇਸ਼ਨ ਸਾਰੇ ਕਲੱਬ। ਕਿਉਂਕਿ ਅੱਜ ਕੱਲ੍ਹ ਬੜੇ ਮਹਾਰਥੀ ਆ ਜਿਹੜੇ ਆਣ ਕੇ ਇੰਗਲੈਂਡ ਕਬੱਡੀ ਫੈਡਰੇਸ਼ਨ ਨੂੰ ਸਲਾਹਾਂ ਦਿੰਦੇ ਆ, ਉਹਨਾਂ ਨੂੰ ਮੈਂ ਕਹਿੰਦਾ ਸਲਾਹਾਂ ਆਪਦੇ ਕੋਲ ਰੱਖੋ ਉਹਨਾਂ ਮਹਾਰਥੀ। ਕੱਲ੍ਹ ਤੁਸੀਂ ਕਬੱਡੀ 'ਚ ਆਇਆ, ਕਬੱਡੀ 'ਚ ਤੁਸੀਂ ਖੱਟਿਆ, ਕਬੱਡੀ ਨੂੰ ਤੁਸੀਂ ਬਦਨਾਮ ਕਰਨ ਲੱਗੇ ਹੋ। ਮੈਂ ਗੱਲ ਕਰ ਰਿਹਾ, ਸਾਡੇ ਇੱਕ ਲੌਂਸਰ ਆਇਆ ਇੱਥੇ, ਤੁਹਾਨੂੰ ਸਾਰਿਆਂ ਨੂੰ ਪਤਾ, ਉਹਨੂੰ ਇੰਗਲੈਂਡ ਕਬੱਡੀ ਫੈਡਰੇਸ਼ਨ ਬੋਲਣ ਨਹੀਂ ਦਿੰਦੀ ਕਿਉਂਕਿ ਹੌਲੀਡੇ ਵੀਜ਼ੇ 'ਤੇ ਆਇਆ ਸੀ ਔਰ ਇੰਗਲੈਂਡ ਕਬੱਡੀ ਫੈਡਰੇਸ਼ਨ ਵੀ ਸਹੀ ਸੀ। ਪਰ ਮੈਂ ਉਹਨੂੰ ਬੋਲਣ ਲਈ ਜਿੱਦਾਂ ਇੰਗਲੈਂਡ ਕਬੱਡੀ ਫੈਡਰੇਸ਼ਨ ਦੇ ਨੁਮਾਇੰਦਿਆਂ ਨੂੰ, ਕਲੱਬਾਂ ਨੂੰ ਅਪਰੋਚ ਕਰਕੇ ਤਾਂ ਮੈਂ ਉਹਨੂੰ ਬੋਲਣ ਦਿੱਤਾ। ਇੱਥੋਂ ਤੱਕ ਕਿ ਇੰਗਲੈਂਡ ਕਬੱਡੀ ਫੈਡਰੇਸ਼ਨ ਨੂੰ, ਕਲੱਬਾਂ ਨੂੰ ਮੈਂ ਇੱਥੋਂ ਤੱਕ ਵੀ ਕਹਿਤਾ ਵੀ ਜੇ ਤੁਸੀਂ ਨਹੀਂ ਬੋਲਣ ਦੇਣਾ ਤਾਂ ਮੈਂ ਆਪਣੇ ਬਰਮਿੰਘਮ ਕਬੱਡੀ ਟੂਰਨਾਮੈਂਟ ਬੁਲਾਊਂ। ਅਤੇ ਉਹ ਬੰਦਾ ਉੱਠ ਕੇ ਇੰਗਲੈਂਡ ਕਬੱਡੀ ਫੈਡਰੇਸ਼ਨ 'ਤੇ ਉਂਗਲ ਠੱਕ ਕੇ, ਉਹਨੂੰ ਮੈਂ ਇਹ ਦੱਸਣਾ ਚਾਹੁੰਦਾ, ਛੋਟੇ ਭਾਈ ਇੰਗਲੈਂਡ ਕਬੱਡੀ ਫੈਡਰੇਸ਼ਨ ਜਿਹੜੀ ਆ ਨਾ, ਇਹ ਇੱਕ ਕਲੱਬ ਨਹੀਂ, ਸਾਰੀਆਂ ਕਲੱਬਾਂ 'ਚੋਂ ਇੱਕ ਇੱਕ ਨੁਮਾਇੰਦਾ ਲੈ ਕੇ ਬਣਦੀ ਆ, ਇਹ ਇੰਡੀਆ ਵਾਲੀਆਂ ਕਲੱਬਾਂ ਨਹੀਂ, ਫੈਡਰੇਸ਼ਨਾਂ ਨਹੀਂ ਜਿਹਦਾ ਇੱਕੋ ਹੀ ਮੋਹਤਵਰ ਹੋਵੇ। ਉਹਨੇ ਆਪਦੀ ਟੀਮ ਬਣਾਉਣੀ ਨਹੀਂ, ਲੋਕਾਂ ਦੀਆਂ ਟੀਮਾਂ ਖਿਡਾਈ ਜਾਂਦੇ ਆ ਉਹ ਫੈਡਰੇਸ਼ਨਾਂ, ਜਿੱਦਾਂ ਲੋਕਾਂ ਨੇ ਅਕੈਡਮੀਆਂ ਖਿਡਾਈਆਂ ਬਣਾਈਆਂ ਨਾ ਉੱਦਾਂ। ਅਤੇ ਇੱਥੇ ਜਿਹੜੇ ਨੁਮਾਇੰਦੇ ਆ, ਜਿਹੜੇ ਫੈਡਰੇਸ਼ਨ ਦੇ ਨੁਮਾਇੰਦੇ ਹਰੇਕ ਕਲੱਬ 'ਚੋਂ, ਤਾਂ ਹਰੇਕ ਕਲੱਬ ਤੁਹਾਨੂੰ ਪਤਾ ਕਿੰਨਾ ਕਿੰਨਾ ਖਰਚਾ ਕਰਦਾ, ਕਹਿ ਦਿੰਦੇ ਕਾਲੀਆਂ ਕੱਪ ਕਿਰਾਇਆ ਜੀ ਇੰਨੇ ਕਰੋੜ ਰੱਖਤਾ, ਇੱਥੇ ਇੱਕ ਕਲੱਬ ਉਹਨੇ ਉਹਨੇ ਲਾਉਂਦਾ ਜਿੰਨਾ ਕਾਲੇ ਕਲੱਬ ਲਾ ਕਿਰਾਇਆ। ਅਤੇ ਸਾਨੂੰ ਆਣ ਕੇ ਮੱਤਾਂ ਨਾ ਦਿਉ ਇਹਨਾਂ ਗੱਲਾਂ 'ਚ, ਉੱਥੇ ਤੁਸੀਂ ਬੋਲੋ, ਉੱਥੇ ਤੁਹਾਡੀ ਚੱਲਦੀ ਆ, ਉੱਥੇ ਤੁਸੀਂ ਜੋ ਮਰਜ਼ੀ ਬੋਲੀ ਜਾਓ, ਕਿਉਂਕਿ ਉੱਥੇ ਲੋਕਾਂ ਬਿਜ਼ਨਸ ਬਣਾਇਆ, ਅਸੀਂ ਬਿਜ਼ਨਸ ਨਹੀਂ ਬਣਾਇਆ ਪਿਆ। ਪਹਿਲੀ ਗੱਲ ਜਿਹੜੀਆਂ ਦੋ ਤਿੰਨ ਗੱਲਾਂ ਤੋਂ ਕਹੀਆਂ, ਸੋਹ ਰੋੜਕੀ ਦਾ ਕਿਹਾ ਠੀਕ ਆ, ਮੈਂ ਫੈਸਲਾ ਉਦਣ ਲਿਆ ਸੀ ਵੀ ਹਾਂ ਸੋਹ ਰੋੜਕੀ ਡਰੱਗ ਟੈਸਟ ਕਰਾ ਕੇ ਇੰਡੀਆ ਤੋਂ ਆਇਆ ਸੀ, ਵਿਜ਼ਟਰ ਵੀਜ਼ੇ 'ਤੇ ਆਇਆ ਸੀ, ਉਹਨਾਂ ਨੇ ਕਲੱਬ ਨੇ ਡੋਸਮੈਂਟ ਲੈਟਰ ਲਿਆ ਤਾਂ ਫਿਰ ਜਾ ਕੇ ਖਿਡਾਇਆ, ਉੱਦਾਂ ਨਹੀਂ ਖਿਡਾਇਆ। ਜਦੋਂ ਉਹਨਾਂ ਨੂੰ ਨਹੀਂ ਮਿਲਿਆ ਤਾਂ ਅਸੀਂ ਫਿਰ ਉਹਨੂੰ ਬੈਨ ਕੀਤਾ, ਤੇਰੇ ਸਾਹਮਣੇ ਬੈਨ ਕੀਤਾ। ਜਿਹੜਾ ਤੂੰ ਪਾਕਿਸਤਾਨ ਪਲੇਅਰਾਂ ਦਾ ਕਹਿੰਦਾ, ਸਰੋ ਕਬੱਡੀ ਕਲੱਬ ਦੇ 25 ਬੰਦੇ ਉਦੋਂ ਪਲੇਅਰ ਆਏ ਸੀ ਜਿੱਦਾਂ ਕਮੇਟੀ ਦਾ ਟੂਰਨਾਮੈਂਟ ਸੀ, ਤੈਨੂੰ ਉੱਥੇ ਬੋਲਣ ਨਹੀਂ ਦਿੱਤਾ, ਤੈਨੂੰ ਪਤਾ, ਕਹਿੰਦੇ ਨਹੀਂ ਬੋਲਣ ਦੇਣਾ ਤੈਨੂੰ, ਇਹ ਗੱਲ ਦਾ ਪਤਾ ਉਸੇ ਕਾਰ 'ਚ ਰਹੀ ਤਾਂ ਜਿਹੜੀ ਕਾਰ 'ਚ ਹੋਈ ਹੈ, ਜੇ ਮੈਂ ਆਪਦੀ ਕਾਰ 'ਚ ਰਹਿੰਦਾ ਹਮੇਸ਼ਾ। ਤੁਸੀਂ ਕਾਰਾਂ ਲੈ ਕੇ ਜਿਹਨੇ ਕਾਰਾਂ ਦੇ ਤਾ, ਉਹ ਜਿਹਨੇ 10 ਪਾਉਂਡ ਦੇ ਤੇ ਉਹਦੇ ਮਗਰ ਬੋਲੀ ਜਾਣਾ, ਇੱਦਾਂ ਨਹੀਂ ਗੱਲਾਂ ਚੱਲਦੀਆਂ ਹੁੰਦੀਆਂ ਮੇਰਾ ਵੀਰ। ਅਸੀਂ ਘਰ ਫੂਕ ਤਮਾਸ਼ਾ ਵੇਖਣ ਦੇ ਬੰਦੇ ਹਾਂ, ਅਸੀਂ ਆਪਦੀ ਬਾਲ ਕੇ ਆਪਦੀ ਸੇਖਦੇ ਹਾਂ, ਕਿਸੇ ਦੇ ਮਗਰ ਨਹੀਂ। ਸਾਨੂੰ ਇੰਨੀ ਕੁ ਜ਼ੋਰ ਦਿੱਤੀ ਆ ਰੱਬ ਨੇ, ਸਾਰਾ ਕੋ ਪਰਮਾਤਮਾ ਦੇ ਦਿੱਤਾ ਗਾਹ ਦਿੰਦੇ ਹਾਂ, ਅਸੀਂ ਆਪਦੇ ਕੋਲੋਂ ਨਹੀਂ ਕੋਈ ਦਿੰਦੇ, ਆਪਦੀ ਜੇਬੀ 'ਚੋਂ ਨਹੀਂ ਦਿੰਦੇ, ਪਰਮਾਤਮਾ ਦਿੰਦਾ ਤਾਂ ਉਹਦੇ ਦਿੰਦੇ ਹਾਂ। ਫਿਰ ਤੂੰ ਐਲੀਗੇਸ਼ਨ ਹੋਰ ਲਾਇਆ ਵੀ ਜਿਹੜੇ ਪਾਕਿਸਤਾਨ ਤੋਂ ਆਏ ਉਹ ਵੀ ਨੇਕੇ ਨੇ ਖੇਡਣ ਦਿੱਤੇ,
ਕਮੈਂਟਰੀ 25 ਪਲੇਅਰ ਅਜੇ ਆਏ ਸੀ, ਦੋ ਟੂਰਨਾਮੈਂਟ ਸਾਡੇ ਕੈਂਸਲ ਹੋ ਗਏ, 25 ਪਲੇਅਰਾਂ ਨਾਲ ਪੰਜ ਟੀਮਾਂ ਮੈਂ ਹੀ ਬਣੀਆਂ ਸੀ ਅਤੇ ਚਿਸ਼ਤੀ ਆਇਆ ਸੀ। ਉਸ ਕਲੱਬ ਨੇ ਕਿਹਾ ਸੀ 10,000 ਪਾਉਂਡ ਦੇਵਾਂਗੇ, ਤਾਂ ਫਿਰ ਮੈਂ ਉਹਨਾਂ ਨੂੰ ਖੇਡਣ ਦਿੱਤਾ ਸੀ। ਉਹ ਡਰੱਗ 'ਚ ਕਲੀਅਰ ਹੋਇਆ, ਉਹਦੇ ਟੈਸਟ ਲੈ, ਪ੍ਰੋਪਰ ਟੈਸਟ ਲੈ ਕੇ ਫਿਰ ਖੇਡਣ ਦਿੱਤਾ। ਤੂੰ ਕਿਹੜੀਆਂ ਗੱਲਾਂ ਕਰਦਾ, ਕਿਹੜੀ ਡਰੱਗ ਦੀਆਂ ਕਰਦਾ, ਕਿਹੜੀ ਫੈਡਰੇਸ਼ਨ ਇੰਡੀਆ ਡਰੱਗ ਟੈਸਟ ਖੁੰਦੇ ਰਹੀ, ਦੱਸੋ ਕਿੰਨੇ ਕਰਾਈਆਂ, ਮੈਨੂੰ ਦੱਸੋ ਸਹੀ ਕਿੰਨੇ ਕਰਾਂਗੇ, ਕਿਹੜੀ ਕਲਾ ਫੈਡਰੇਸ਼ਨ ਨੇ ਕਰਾਈਆਂ, ਕਿੰਨੇ ਫੈਡਰੇਸ਼ਨ ਨੇ ਡਰੱਗ ਤੋਂ ਬਗੈਰ ਖਿਡਾਏ ਆ। ਮੇਰੇ ਨਾਲ ਗੱਲ ਨਾ ਕਰੋ, ਮੈਂ ਉਹ ਗੱਲਾਂ 'ਚ ਨਹੀਂ ਜਾਣਾ ਚਾਹੁੰਦਾ, ਫਿਰ ਕਰੂੰ ਗੱਲਾਂ। ਮੈਂ ਅੱਜ ਇਹ ਜਵਾਬ ਦੇਣਾ ਚਾਹੁੰਦਾ ਸੀ ਵੀ ਜਿਹੜੀ ਇੰਗਲੈਂਡ ਕਬੱਡੀ ਫੈਡਰੇਸ਼ਨ ਆ, ਇਹ 72 ਤੋਂ ਟੂਰਨਾਮੈਂਟ ਕਰਾ ਰਹੀ, 72 ਤੋਂ ਮੇਰੀ, ਮੈਂ ਉਦੋਂ ਤੂੰ ਜੰਮਿਆ ਵੀ ਨਹੀਂ, ਤਾਂ ਮੈਂ ਉਦੋਂ 7-8 ਸਾਲ ਦਾ ਹੋਣਾ, ਸਮਝਣ। ਸਾਡਾ 12ਵੀਂ ਦਾ 55ਵਾਂ ਟੂਰਨਾਮੈਂਟ ਆਇਆ ਸੀ, 57ਵਾਂ ਟੂਰਨਾਮੈਂਟ ਹੋਇਆ ਸੀ, 65 'ਚ ਪਹਿਲਾ ਟੂਰਨਾਮੈਂਟ ਹੋਇਆ 65 'ਚ, ਔਰ ਉਦੋਂ ਇੱਥੋਂ ਦੇ ਪਲੇਅਰ ਖੇਡਦੇ ਸੀ। 72 'ਚ ਸਰਵਣ ਬਲ ਖੇਡਣਾ ਸੀ, 74 'ਚ ਇੰਡੀਆ ਦੀ ਟੀਮ ਆਈ ਸੀ, ਫਿਰ 2 ਸਾਲ ਟੀਮ ਨਹੀਂ ਆਈ, ਫਿਰ ਮੈਨੂੰ ਜਿੱਥੋਂ ਤੱਕ ਚੇਤਾ ਅੰਕਲ ਤਾਰਾ ਅਤੇ ਅੰਕਲ ਲਿਸਟਰ ਵਾਲਾ ਮੈਨੂੰ ਨਾਂ ਚੇਤੇ ਭੁੱਲ ਗਿਆ, ਉਹ ਉਦੋਂ ਆਏ ਸੀ। ਫਿਰ 77 'ਚ ਜਦੋਂ ਭੱਜੀ ਹੁਣੀ ਆਏ ਆ, ਫਿੱਡੇ ਹੁਣੀ ਆਏ, ਉਦੋਂ ਟੀਮ ਆਈ ਸੀ। ਅਤੇ ਸਾਨੂੰ ਸਿੱਖਾਂ ਨਾਲ ਦੋ, ਅਸੀਂ ਅਸੀਂ ਨਾ ਕਬੂਤਰਬਾਜ਼ੀ ਕਰਦੇ ਹਾਂ, ਨਾ ਅਸੀਂ ਡਰੱਗ ਵਾਲੇ ਪਲੇਅਰ ਖਿਡਾਉਂਦੇ ਹਾਂ, ਸਾਡੇ 'ਤੇ ਕਿੰਤੂ ਪ੍ਰੰਤੂ ਨਹੀਂ। ਤੂੰ ਉਹ ਜਿਹੜੀ ਗੱਲ ਕਹਿੰਦਾ ਸੀ, ਉਹ ਤੇਰਾ ਫਰਜ਼ ਹੀ ਨਹੀਂ ਸੀ ਗੱਲ ਕਹਿਣਾ, ਔਰ ਜਿਹੜੇ ਬੰਦੇ ਨੇ ਤੈਨੂੰ ਸੱਦਿਆ ਉਹਨੇ ਕਹਿਤਾ ਉੱਥੇ ਗਰਾਊਂਡ 'ਚ ਖੜਿਆ ਵੀ ਜੇ ਸਾਡਾ ਪਲੇਅਰ ਹੋਲੀਡੇ ਆਇਆ ਨਹੀਂ ਖੇਡਣਾ, ਤਾਂ ਉਹ ਜਿਹੜਾ ਹੋਲੀਡੇ ਆਇਆ ਉਹਨੂੰ ਕੱਲ੍ਹ ਹੀ ਬੁਲਾਉਣ ਡਿਆ, ਪਹਿਲਾਂ ਉਹ ਕਹਿੰਦਾ ਸੀ ਤੁਸੀਂ ਬੁਲਾਓ, ਮਿੰਨਤਾਂ ਕਰਦਾ ਸੀ। ਅਤੇ ਤੇਰਾ ਧੰਨਵਾਦ, ਤੂੰ ਜਿਹੜਾ ਸਾਡੇ ਸਿਰ ਮੇਰੇ ਸਿਰ ਸਿਹਰਾ ਬੰਨ ਕੇ ਗਿਆ, ਤੇਰਾ ਧੰਨਵਾਦ। ਜਿੱਥੇ ਮਰਜ਼ੀ ਮੀਡੀਆ 'ਤੇ ਤੇਰਾ ਮੀਡੀਆ ਆਊ, ਜਿਹੜੀ ਕੰਟਰੀ 'ਚ ਕਹੇਗਾ ਇੰਡੀਆ ਕਹਿੰਦਾ ਇੰਡੀਆ, ਬਹਿ ਕੇ ਬਰਾਬਰ ਗੱਲ ਕਰੀ ਟੇਬਲ 'ਤੇ, ਫਿਰ ਮੈਂ ਤੈਨੂੰ ਦੱਸੂੰ ਵੀ ਨੇਕਾ ਤੂੰ ਦੱਸੀ ਕਿੱਥੇ ਨੇਕਾ ਗਲਤ ਆ। ਨੇਕੇ ਨੇ ਕਦੇ ਇੱਦਾਂ ਦੀਆਂ ਮੋਢੇ 'ਤੇ ਰੱਖ ਕੇ ਨਹੀਂ ਚਲਾਈਆਂ, ਨਾ ਚਲਾਉਣੀਆਂ। ਇੰਗਲੈਂਡ ਕਬੱਡੀ ਫੈਡਰੇਸ਼ਨ ਦੇ ਬੈਨਰ ਥੱਲੇ ਜਿਹੜੇ ਟੂਰਨਾਮੈਂਟ ਹੋ ਰਿਹਾ, ਉਸ ਸਾਡੇ ਵਧਾਈ ਦੇ ਪਾਤਰ ਨੇ ਸਾਰੇ, ਮਾਨਕ ਟੰਡਾ, ਕੁਲਵੰਤ ਸੰਘਾ, ਪਿੰਕੀ ਢਿੱਲੋਂ, ਪਾਲਾ ਸੋਤਾ ਅਤੇ ਸਾਡੇ ਸਾਰੇ ਕਲੱਬ, ਬਤੌਰ ਮੈਂ ਚੇਅਰਮੈਨ ਆਪਣੇ ਵੱਲੋਂ ਇਹ ਕਹਿੰਦਾ ਵੀ ਅਸੀਂ ਪੂਰੇ ਸਾਧੀ ਨਾਲ ਆਪਣੀ ਮਾਨਤਾ ਨਾਲ ਜਿਹੜਾ ਕੰਮ ਕਰ ਰਹੇ ਹਾਂ। ਸਾਡੇ ਸਾਰੇ ਕਲੱਬ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜ੍ਹੇ ਆ, ਜਿੱਥੇ ਫੈਸਲੇ ਲਏ ਆ ਸਖ਼ਤ ਲਏ ਆ ਲਵਾਂਗੇ ਵੀ। ਜਿਹੜੇ ਬੰਦੇ ਨੇ ਤੈਨੂੰ ਸੱਦਿਆ ਉਹਨੇ ਉਹ ਵੀਜੇ ਵਾਲਾ ਪਲੇਅਰ ਸੱਦਿਆ ਸੀ ਜਿਹਨੂੰ ਅਸੀਂ ਬੈਨ ਕਰਦੇ ਸੀ, ਉਦਣ ਉਹਦੇ ਫਾਇਦੇ ਲਈ ਸੀ ਉਹਨੂੰ ਲਾਇਸੈਂਸ ਇੰਗਲੈਂਡ ਕਬੱਡੀ ਫੈਡਰੇਸ਼ਨ ਨੇ ਲੈ ਕੇ ਦਿੱਤਾ, ਜਿਹੜਾ ਪਰਮਿਟਾਂ ਵਾਲਾ, ਪਰਮਿਟਾਂ ਤੋਂ ਬਗੈਰ ਨਹੀਂ ਪਲੇਅਰ ਖੇਡਣੇ। ਤਾਂ ਤੂੰ ਸਾਡੇ 'ਤੇ ਐਲੀਗੇਸ਼ਨ ਲਾਵੇਂ, ਮੇਰੀ ਗਲਤੀ ਅਸੀਂ ਤੈਨੂੰ ਅਸੀਂ ਬੈਨ ਕਰ ਰਹੇ ਹਾਂ ਇੰਗਲੈਂਡ 'ਚੋਂ ਸਦਾ ਲਈ, ਜਿੰਨਾ ਚਿਰ ਇੰਗਲੈਂਡ ਕਬੱਡੀ ਫੈਡਰੇਸ਼ਨ ਦੇ ਬੈਨਰ 'ਤੇ ਟੂਰਨਾਮੈਂਟ ਹੁੰਦੇ ਆ ਤੈਨੂੰ ਅਸੀਂ ਬੋਲਣ ਨਹੀਂ ਦੇਵਾਂਗੇ। ਇਹ ਲਿਖ ਕੇ ਲੈ ਲਾ, ਇਹ ਮੈਂ ਤੈਨੂੰ ਮੀਡੀਆ ਰੇ ਕਹਿ ਤਾ ਅੱਜ ਤੈਨੂੰ ਅਸੀਂ ਬੈਨ ਕਰ ਰਹੇ ਹਾਂ, ਸਾਰੀ ਇੰਗਲੈਂਡ ਕਬੱਡੀ ਫੈਡਰੇਸ਼ਨ, ਸਾਰੇ ਕਲੱਬ। ਇੰਗਲੈਂਡ ਕਬੱਡੀ ਫੈਡਰੇਸ਼ਨ ਨੇ ਹੋਰ ਫੈਸਲਾ ਕੀਤਾ ਵੀ ਜਿਹੜਾ ਵੀ ਪਲੇਅਰ ਡਰੱਗ 'ਚ ਆ ਗਿਆ ਦੁਬਾਰੇ ਅਸੀਂ ਇੱਥੇ ਜਿਹੜੇ ਕਰ ਰਹੇ ਹਾਂ ਪ੍ਰੋਪਰ ਕਰ ਰਹੇ ਹਾਂ, ਉਹਨੂੰ ਅਸੀਂ ਪੈਸੇ ਨਹੀਂ ਦੇਵਾਂਗੇ, ਉਹਨੂੰ ਟਿਕਟ ਦੇ ਪੈਸੇ ਨਹੀਂ ਦੇਵਾਂਗੇ। ਉਹ ਜਿਹੜੇ ਕਲੱਬ ਨੂੰ ਪਹਿਲਾਂ ਅਸੀਂ ਲੈਟਰ ਪੈਟ ਜਿਹੜੇ ਆ ਭੇਜੇ ਆ, ਇੰਗਲੈਂਡ ਕਬੱਡੀ ਫੈਡਰੇਸ਼ਨ ਕਲੱਬਾਂ ਦਾ ਫੈਸਲਾ ਹੋਇਆ ਪਿਆ। ਬਾਕੀ ਜਿਹੜੇ ਤੁਸੀਂ ਜਿਨ੍ਹਾਂ ਦੀਆਂ ਤੂੰ ਗੱਲਾਂ ਕਰਦਾ ਕਿਸੇ ਨੇ ਕੀਤੀ ਕਬੂਤਰਬਾਜ਼ੀ, ਕੋਈ ਡਰੱਗਾਂ ਨਾਲ ਹੀ ਖਿਡਾਉਂਦਾ, ਕੋਈ ਕੋ ਕਰਦਾ, ਸਾਨੂੰ ਉਹਨਾਂ ਨਾਲ ਤੋਲੋ, ਇੰਗਲੈਂਡ ਕਬੱਡੀ ਫੈਡਰੇਸ਼ਨ ਨੂੰ ਉਹਨਾਂ ਫੈਡਰੇਸ਼ਨਾਂ ਨਾਲ ਤੋਲੋ, ਜਿਹੜੀਆਂ ਇੰਡੀਆ ਫੈਡਰੇਸ਼ਨ ਆ ਉਹ ਵਨ ਮੈਨ ਸ਼ੋ ਆ, ਉਹ ਆਪਦੇ ਜਿਹੜਾ ਫੈਡਰੇਸ਼ਨ ਦਾ ਪ੍ਰਧਾਨ, ਹੋਰ ਕੋਈ ਤਾਂ ਆਪਦੀ ਟੀਮ ਨਹੀਂ, ਜਿਹੜੇ ਬਣੇ ਫਿਰਦੇ ਬਣੇ ਵੀ ਆ ਉਹਨਾਂ ਕੋਲ ਆਪਦੀ ਟੀਮ ਨਹੀਂ, ਉਹ ਤਾਂ ਅਕੈਡਮੀਆਂ ਦੀਆਂ ਟੀਮਾਂ ਖਿਡਾਉਂਦੇ ਆ। ਅਤੇ ਇੱਥੇ ਜਿਹੜੇ ਫੈਡਰੇਸ਼ਨ ਨੁਮਾਇੰਦੇ ਆ ਉਹ ਸਾਰੇ ਆਪਦੀਆਂ ਕਲੱਬਾਂ ਦੀਆਂ ਟੀਮਾਂ ਬਣਾਉਂਦੇ ਆ। ਤਾਂ ਉਹੋ ਜਿਹੀਆਂ ਗੱਲਾਂ ਨਾ ਕਰਿਆ ਕਰੋ ਜਿਹੜੀਆਂ ਤੁਹਾਨੂੰ ਸੋਚਦੀਆਂ ਨਹੀਂ। ਇੰਡੀਆ ਤੁਸੀਂ ਬੋਲਿਆ ਕਰੋ ਇਹ ਜਿਹਾ ਡਰੱਗ 'ਤੇ, ਇੰਡੀਆ ਬੋਲੋ ਤੁਸੀਂ ਡਰੱਗ, ਇੰਡੀਆ ਕਿੰਨੀ ਕੁ ਚੈੱਕ ਕਰਾ ਲਈ ਸਾਰੀਆਂ ਫੈਡਰੇਸ਼ਨਾਂ ਨੇ, ਤੂੰ ਉੱਥੇ ਬੋਲਦਾ ਕਿੰਨੀ ਕਰਾਈ, ਕਿੰਨੇ ਕਰਾਈ ਦੱਸੋ। ਲੈ ਮੈਂ ਹੋਰ ਗੱਲ ਕਰ ਦੇਣਾ ਇੱਕ, ਅੱਜ ਜਿੱਦਣ ਮਾਨਕ ਦੇ ਖੰਡ ਪਾਠ ਹੀ ਸੰਦੀਪ ਦੀ ਦੂਜੇ ਦਿਨ ਡੈਥ ਹੁੰਦੀ, ਦੂਜੇ ਦਿਨ ਡੈਥ, ਔਰ ਸਾਡੀ ਬਦਕਿਸਮਤੀ ਆ ਅਸੀਂ ਇੱਕ ਹੀਰਾ ਖੋਇਆ, ਦੂਜੇ ਦਿਨ ਡੈਥ ਹੁੰਦੀ ਆ। ਅਤੇ ਉਦਣ ਮੀਟਿੰਗ ਸੀ ਸਾਡੀ ਉੱਥੇ, ਮਾਨ ਕਹਿੰਦਾ ਮੈਂ ਖੰਡ ਪਾਠ 'ਚ ਬਿਜੀ ਹਾਂ, ਨੇਕੇ ਨਾਲ ਮੀਟਿੰਗ ਕਰ ਲਓ। ਮੇਰੇ ਨਾਲ ਮੀਟਿੰਗ ਕੀਤੀ ਮੰਗੀ ਜੀ ਦਾ ਅਤੇ ਸੁੱਖਾ ਭੰਡਾਲ ਜੀ ਦਾ, 50 ਬੰਦੇ ਸੀ ਉੱਥੇ। ਮੇਰਾ ਬਾਪੂ ਸੀ ਸ਼ੀਰਾ ਸੰਮੀਪੁਰ ਸੀ, ਡੀ ਪੀ ਸੀ ਛਿੜਕ ਮੱਖਣ, ਟੋਨੀ ਕਾਲਕ ਸੀ, ਸਾਰੇ ਸੀ, ਕਾਫੀ 50-60 ਬੰਦੇ ਸੀ ਅਸੀਂ। ਮੇਰੇ ਨਾਲ ਗੱਲਾਂ ਕਰਨ ਲੱਗ ਪਿਆ, ਮੈਂ ਉਹਨਾਂ ਨੂੰ ਸੁੱਖੇ ਨੂੰ ਅਤੇ ਮੰਗੀ ਨੂੰ ਪੁੱਛਿਆ ਵੀਰਾ ਜੀ ਕਿੱਦਾਂ, ਕਹਿੰਦਾ ਕਿਹੜੇ ਟੈਸਟ ਕਰਨੇ, ਆਟੇ ਵਾਲਾ ਕਰ ਲਓ, ਫਲਾਨਾ ਕਰ ਲਓ, ਧੀ ਨੂੰ। ਮੈਂ ਕਿਹਾ ਸਾਨੂੰ ਇੰਗਲੈਂਡ ਕਬੱਡੀ ਫੈਡਰੇਸ਼ਨ ਨੂੰ ਤੁਸੀਂ ਸਲਾਹ ਨਾ ਦਿਓ, ਇੱਦਾਂ ਮੈਂ ਬੋਲਿਆ ਉੱਥੇ ਦੋ ਨੂੰ, ਮੈਂ ਕਿਹਾ ਸਾਨੂੰ ਸਲਾਹ ਨਾ, ਅਸੀਂ ਕੀ ਕਰਨਾ,
ਅਸੀਂ ਪ੍ਰੋਪਰ ਡਰਾ ਕਰਨੀ ਸਾਰੇ ਕਰਨੇ ਸੀ, ਕੋਈ ਵੀ ਨਹੀਂ ਛੱਡਣਾ। ਫਿਰ ਮੈਂ ਉਹਨਾਂ ਨੂੰ ਹਾਰ ਕੇ ਇਹ ਪੁੱਛ ਲਿਆ ਵੀ ਚਲੋ ਤੁਹਾਡੀ ਫੈਡਰੇਸ਼ਨ ਆ। ਕਹਿੰਦੇ ਸੰਦੀਪ ਕੋਲ ਆ ਨਹੀਂ ਹੋਇਆ, ਉਹਨੇ ਆਉਣਾ ਸੀ, ਉਹਨੂੰ ਜ਼ਰੂਰੀ ਕੰਮ ਪੈ ਗਿਆ। ਮੈਂ ਕਿਹਾ ਕੋਈ ਗੱਲ ਨਹੀਂ, ਛੋਟਾ ਵੀਰ ਆ। ਮੈਂ ਕਿਹਾ ਤੁਸੀਂ ਇਹ ਦੱਸੋ ਵੀ ਤੁਸੀਂ ਕਿੰਨੇ ਚੈੱਕ ਕਰਾਏ। ਕਹਿੰਦੇ ਅਸੀਂ ਕੋਈ ਨਹੀਂ ਚੈੱਕ ਕਰਾਇਆ। ਤਾਂ ਮੈਂ ਕਿਹਾ ਕਿੱਦਾਂ ਤੁਹਾਡੇ ਕਿੱਦਾਂ ਵਾ? ਕਹਿੰਦੇ ਫੁੱਲ ਲੋਡਡ, ਦੋਨੋਂ ਬੰਦੇ ਜੀਂਦੇ ਆ, ਛੋਟੇ ਵੀਰ ਆ ਮੇਰੇ। ਕਹਿੰਦੇ ਫੁੱਲ ਲੋਡਡ, ਅਤੇ ਜਦੋਂ ਫੁੱਲ ਲੋਡਡ ਕਹਿੰਦੇ ਆ ਤਾਂ ਮੈਂ ਕਿਹਾ ਸਾਡਾ ਘਰ ਨਹੀਂ ਪੈਸਾ ਖਰਚ ਕਰਾਉਣਾ ਇੰਗਲੈਂਡ ਕਬੱਡੀ ਫੈਡਰੇਸ਼ਨ ਦਾ, ਸਾਡਾ ਕਲੱਬਾਂ ਦਾ ਕੋਈ ਕਰਾਉਣੇ ਤੁਸੀਂ ਇਹ ਜੇ ਤੁਹਾਡੇ ਫੁੱਲ ਲੋਡਡ ਆ ਤਾਂ ਕਿਹੜੀਆਂ ਫੈਡਰੇਸ਼ਨ ਦੀਆਂ ਗੱਲਾਂ ਕਰਦੇ ਆ? ਸੰਦੀਪ ਬਲੀ ਇਹਦੇ ਚੜਿਆ ਜੀ, ਮੇਨ ਜਿਹੜੀ ਗੱਲ ਆ ਤੁਸੀਂ ਉਹ ਫੈਡਰੇਸ਼ਨਾਂ ਦੀਆਂ ਨਾ ਗੱਲ ਕਰੋ, ਸਾਡੇ ਨਾਲ ਨਾ ਤੁਲੋ ਉਹਨਾਂ ਨੂੰ। ਕਨੇਡਾ, ਅਮੈਰੀਕਾ, ਸਾਰੇ ਗੁਰੂ ਘਰ ਬਾਕੀ ਕੰਟਰੀਆਂ ਸਪੋਰਟ ਦਿੰਦੇ, ਇਹਨਾਂ ਸਪੋਰਟ ਨਾ ਕਰੋ ਫੈਡਰੇਸ਼ਨ ਦੀਆਂ। ਜੇ ਡਰੱਗ ਟੈਸਟ ਨਹੀਂ ਕਰਾਉਂਦੇ ਬਾਈਕਾਟ ਕਰੋ, ਕਿਉਂਕਿ ਜੇ ਤੁਸੀਂ ਅੱਜ ਪਹਿਰਾ ਦਿਓਗੇ ਤਾਂ ਵਧੀਆ ਰਹੋਗੇ ਜ਼ਿੰਦਗੀ 'ਚ। ਸੱਤਾਵੀਰ ਮੇਰਾ ਮਠੱਡਿਆਂ ਵਾਲਾ, ਸਾਡਾ ਮੋਢੇ ਨਾਲ ਮੋਢਾ ਲਾ ਕੇ ਹਮੇਸ਼ਾ ਖੜ੍ਹਦੇ ਸੀ ਭਰਾਵਾਂ ਨਾਲ। ਪਰ ਮੈਂ ਤੁਹਾਨੂੰ ਇੱਕ ਗੱਲ ਕਹਿ ਦੇਣਾ ਸਾਰੇ ਵੀਰਾਂ ਨੂੰ, ਜੇ ਇੰਡੀਆ 'ਚੋਂ ਡਰੱਗ ਬੰਦ ਕਰਨੀ ਆ ਨਾ, ਪੰਜਾਬ 'ਚੋਂ ਡਰੱਗ ਬੰਦ ਕਰਨੀ ਆ, ਅਤੇ ਪਹਿਰਾ ਦਿਓ ਕਬੱਡੀ ਵਾਲਾ ਇੱਕ ਬੰਦਾ ਬਣਾ ਲਿਆਓ। ਹੁਣ 2 ਸਾਲ ਕਰੋਨਾ 'ਚ ਨਹੀਂ ਹੋਈ ਤਾਂ ਨਹੀਂ ਹੋਈ, ਹੁਣ ਫਿਰ ਤੁਸੀਂ ਆਪਦੀਆਂ ਟੋਹਰਾਂ ਬਣਾਉਣ ਨੂੰ ਆਪਦੇ ਮੂਹਰੇ ਵੱਡੇ ਵੱਡੀਆਂ ਢੁੱਠਾਂ ਦਿਖਾਉਣ ਨੂੰ, ਤਾਂ ਮੂਹਰੇ ਉਹੀ ਕੰਮ ਕਰਨ ਲੱਗ ਪਏ ਬਿਨਾਂ ਡਰੱਗ ਤੋਂ। ਜਿਹੜੇ ਸੰਦੀਪ ਦੇ ਖੰਡ ਪਾੜਦੇ ਕਹਿੰਦੇ ਅਸੀਂ ਡਰੱਗ ਤੋਂ ਬਗੈਰ ਨਹੀਂ ਖੜਾਵਾਂਗੇ, ਉਹਦੇ ਪਹਿਰਾ ਦੇਵਾਂਗੇ, ਉਹ ਵੀ ਮੇਰੇ ਭਰਾ ਖੜਾਉਣ ਡਏ ਆ। ਅਸੀਂ ਖੜ੍ਹੇ ਜਿੱਥੇ ਉੱਥੇ ਖੜ੍ਹੇ ਹਾਂ, ਸਦਾ ਖੜ੍ਹਾ ਰਹਾਂਗੇ। ਡਰੱਗ ਪ੍ਰੋਪਰ ਟੈਸਟ ਹੋਊ ਇੰਗਲੈਂਡ 'ਚ, ਆ 3 ਟੂਰਨਾਮੈਂਟ ਰਹਿੰਦੇ ਆ, ਸਾਰੇ ਡੋਪ ਟੈਸਟ ਦੁਆਰੇ ਹੋਣਗੇ, ਟੋਪਰ ਪ੍ਰੋਪਰ ਅੱਗੇ ਵੀ ਕੀਤੇ ਆ। ਅਤੇ ਜਿਹੜਾ ਦੁਆਰੇ ਫਿਰ ਰਗੜੇਗਾ, ਅਸੀਂ ਬਹੁਤ ਹੀ ਟੈਸਟ ਕੀਤੇ ਹੁਣ, ਜਿਹੜਾ ਰਗੜਿਆ ਠੋਕਾਂਗੇ। ਅਸੀਂ ਡਰੱਗ ਨੂੰ ਪੈਸਾ ਨਹੀਂ ਦੇਣਾ। ਇੰਗਲੈਂਡ ਫੈਡਰੇਸ਼ਨ ਵੱਲੋਂ ਤੁਹਾਡਾ ਸਾਰਿਆਂ ਦਾ ਧੰਨਵਾਦ, ਸਾਨੂੰ ਸਿੱਖਿਆ ਨਾ ਦਿਆ ਕਰੋ ਮੇਰੇ ਵੀਰ। ਜਿਹਨੇ ਤੈਨੂੰ ਬੋਲਣ ਨੂੰ ਕਿਹਾ ਉਹਦੇ ਤੂੰ ਗੱਲ 'ਚ ਹਾਰ ਪਾਉਣ ਲੱਗ ਪਿਆ, ਉੱਥੇ ਇਹ ਨੇਕੇ ਮੇਰੇ ਪੁੱਗੇ ਦੇ ਇੱਦਾਂ ਨਹੀਂ ਹਾਰ ਪਾਉਣੇ। ਸੱਚ 'ਤੇ ਖੜ੍ਹਾ, ਸੱਚ 'ਤੇ ਖੜ੍ਹਾ ਰਹੂੰ। ਕਬੱਡੀ ਖੇਡੀ ਆ, ਕਬੱਡੀ ਤੋਂ ਬਹੁਤ ਖੱਟ ਗਏ, ਇੰਗਲੈਂਡ 'ਚ ਕਬੱਡੀ 'ਚ ਆਏ, ਬਹੁਤ ਕੁਛ ਖੱਟਿਆ। ਅੱਜ ਜੇ ਨਾ ਕਬੱਡੀ ਹੁੰਦੀ ਤਾਂ ਬਿਜ਼ਨਸਮੈਨ ਵੀ ਨਹੀਂ ਹੋਣਾ, ਕੱਖ ਵੀ ਨਹੀਂ ਹੋਣਾ। ਪਰ ਜਿੱਥੇ ਸੱਚ ਹੋਵੇਗਾ, ਜਿੱਥੇ ਤੂੰ ਵੀ ਸੱਚਾ ਹੋਵੇਗਾ, ਤੇਰੇ ਨਾਲ ਖੜੂੰਗਾ, ਭਾਵੇਂ ਤੂੰ ਜੋ ਮਰਜ਼ੀ ਬੋਲ ਗਿਆ, ਪਰ ਜਿੱਥੇ ਤੂੰ ਸੱਚਾ ਤੇਰੇ ਨਾਲ ਖੜੂੰਗਾ। ਪਰ ਤੂੰ ਮੇਰੇ ਨਾਲ ਜਿੱਥੇ ਮਰਜ਼ੀ ਮੀਡੀਆ 'ਤੇ ਬਹਿ ਕੇ ਗੱਲ ਕਰੀ, ਫਿਰ ਮੈਂ ਹੁਣ ਤੇਰਾ ਨਾਮ ਨਹੀਂ ਲੈਣਾ ਚਾਹੁੰਦਾ, ਕਿਉਂਕਿ ਜਿਹੜੇ ਭਰਾ ਨੇ ਇੰਨਾ ਮਾਣ ਦਿੱਤਾ ਹੋਵੇ ਤੈਨੂੰ, ਤੁਹਾਨੂੰ ਕਿਵੇਂ ਵੀ ਐਲੀਗੇਸ਼ਨ ਲਾਵੇ, ਉਹ ਵੀ ਤੇਰਾ ਫਰਜ਼ ਬਣਦਾ ਹੀ ਨਹੀਂ। ਇਹ ਇੰਗਲੈਂਡ ਕਬੱਡੀ ਫੈਡਰੇਸ਼ਨ ਬਹੁਤ ਪਾਵਰਫੁੱਲ ਆ, ਇੱਥੇ ਅਸੀਂ ਮੰਤਰੀ ਨਹੀਂ ਬੋਲਣ ਦੇਈਦੇ, ਤੂੰ ਕਿਹੜੀ ਗੱਲਾਂ ਨਹੀਂ ਮੌਲੀਆਂ, ਅਸੀਂ ਇੱਦਾਂ ਦੀਆਂ ਗੱਲਾਂ ਨਹੀਂ। ਇੱਥੇ ਬਹੁਤ ਵੱਡੇ ਵੱਡੇ SSPDIG ਆਉਂਦੇ ਰਹੇ, ਅਸੀਂ ਨਹੀਂ ਬੋਲਣ ਦਿੱਤੇ। ਜੇ ਵੱਧ ਘੱਟ ਕਿਹਾ ਹੋਵੇ ਉਹਦਾ ਮੈਂ ਖਿਮਾ ਦਾ ਜਾਚਕਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।